ਇੱਥੋਂ ਦੇ ਜੰਪਲ ਜਿਹੜੇ ਇਹਨਾਂ ਦਾ ਪਿਛੋਕੜ ਪੰਜਾਬ ਤੋਂ ਆ ਜੀ, ਤੇ ਪੰਜਾਬ ਤੋਂ ਪਿਛੋਕੜ ਕੇ ਕਿੱਥੋਂ ਤੁਹਾਡਾ? ਜ਼ਿਲ੍ਹਾ ਲੁਧਿਆਣਾ, ਪਿੰਡ ਨਾਰੋ ਮਾਜਰਾ ਜੀ। ਜਿਹੜਾ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਹਰਦੁਆਰੇ ਜੀ? 6ਵੀਂ ਪੀੜ੍ਹੀ ਚੱਲ ਰਹੀ ਹੈ ਜੀ ਹੁਣ। ਅੱਛਾ ਜੀ। ਸਾਡੇ ਬਜ਼ੁਰਗ 1918 ਦੇ ਆਏ ਹੋਏ ਨੇ ਉਰੇ ਹਰਕੀ ਪੌੜੀ ਤੇ। ਜਿਹੜਾ ਗੁਰਦੁਆਰਾ ਗਿਆਨ ਗੁਦਰੀ ਪਹਿਲਾਂ ਗੁਰਦੁਆਰਾ ਹੈਗਾ ਸੀ, ਮੈਂ ਆਪਣੀ ਅੱਖਾਂ ਨਾਲ ਦੇਖਿਆ ਜੀ। ਮੇਰੇ ਮਾਮਾ ਜੀ ਬਾਖ ਲੈ ਕੇ ਆਉਂਦੇ ਰਹੇ ਨੇ ਉੱਥੇ ਗੁਰਦੁਆਰੇ ਸਾਹਿਬ ਦੇ ਵਿੱਚ। ਮੈਂ ਇਸ ਵਕਤ ਗੰਗਾ ਘਾਟ ਦੇ ਕਿਨਾਰੇ ਤੇ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਅਸੀਂ ਦੇਖਦੇ ਹਾਂ। ਸੋ ਮੇਰੇ ਨਾਲ ਇਸ ਵਕਤ ਇੱਥੋਂ ਦੇ ਜੰਪਲ ਜਿਹੜੇ ਇਹਨਾਂ ਦਾ ਪਿਛੋਕੜ ਪੰਜਾਬ ਤੋਂ ਆ ਜੀ। ਅੰਕਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਕਲ ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਬੇਅੰਤ ਸਿੰਘ ਹੈ ਜੀ। ਅੱਛਾ ਜੀ, ਤੇ ਪੰਜਾਬ ਤੋਂ ਪਿਛੋਕੜ ਕੇ ਕਿੱਥੋਂ ਤੁਹਾਡਾ, ਕਿਹੜੀ ਜਗ੍ਹਾ? ਆਪਣਾ ਜ਼ਿਲ੍ਹਾ ਲੁਧਿਆਣਾ, ਪਿੰਡ ਨਾਰੋ ਮਾਜਰਾ, ਨਾਨਕੇ ਮੇਰੇ ਨਿਜ਼ਾਮਪੁਰ ਦੇ ਨੇ ਜੀ। ਅੱਛਾ ਜੀ, ਤੇ ਇੱਥੇ ਤੁਸੀਂ ਕਿਵੇਂ ਸਵਾਬ ਬਣਿਆ ਤੁਹਾਡੇ ਪਰਿਵਾਰ ਦਾ ਹਰਦੁਆਰ ਆਉਣ ਦਾ? ਜਿਹੜਾ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਹਰਦੁਆਰੇ ਤੇ? ਸਾਡਾ ਮੇਰੇ ਪੋਤੇ ਜੀ 6ਵੀਂ ਪੀੜ੍ਹੀ ਚੱਲ ਰਹੀ ਹੈ ਜੀ ਹੁਣ। ਅੱਛਾ ਜੀ, ਇੱਥੇ ਜੀ ਜੀ। ਤੇ ਅਸੀਂ ਸਾਨੂੰ ਨਿਰਮਲੇ ਸੰਤ ਲੈ ਕੇ ਆਏ ਸੀਗੇ, ਲੱਕੜ ਦਾ ਕੰਮ ਕਰਿਆ ਕਰਦੇ ਸੀ ਅਸੀਂ, ਰਾਮਗੜੀ ਮਿਸਤਰੀ ਹਾਂ ਜੀ ਜੀ। ਤੇ ਉਹਨਾਂ ਨੇ ਸਾਨੂੰ ਬੁਲਾਇਆ ਸੀ ਉਰੇ ਕੰਮ ਕਰਨ ਖਾਤਰ, ਫਿਰ ਉਹਨਾਂ ਨੇ ਸਾਨੂੰ ਥੋੜ੍ਹੀ ਬਹੁਤ ਜਗ੍ਹਾ ਦਿੱਤੀ, ਅਸੀਂ ਨਿਰਲਾ ਸੋਹਣੀ ਰਹਿੰਦੇ ਹਾਂ। ਅੱਛਾ ਜੀ, ਹਾਂ ਜੀ। ਤੇ ਮੈਂ ਤੁਹਾਡਾ ਘਰ ਵੀ ਦੇਖਿਆ, ਘਰ ਬਹੁਤ ਪੁਰਾਣਾ ਬਣਿਆ ਹੋਇਆ। ਹਾਂ ਜੀ, 1947 ਦਾ ਘਰ, 1947 ਦਾ ਅੰਗਰੇਜ਼ਾਂ ਦੇ ਟਾਈਮ ਦੀ ਰਜਿਸਟਰੀ ਹੋਈ ਹੈ, ਉਰਦੂ ਦੇ ਵਿੱਚ ਹੋਈ ਹੈ ਰਜਿਸਟਰੀ। ਉਹ ਪੁਰਾਣਾ ਉਸੇ ਤਰੀਕੇ ਨਾਲ ਮੌਜੂਦ ਹੈ, ਉਸੇ ਤਰੀਕੇ ਨਾਲ ਆਈ ਹੈ 80 ਸਾਲ। ਅੱਛਾ, ਤੇ ਤੁਹਾਨੂੰ ਤੁਹਾਡਾ ਜਨਮ ਇੱਥੋਂ ਦਾ ਹਰਦੁਆਰ ਦਾ ਹੀ ਹੈ? ਮੇਰਾ ਜਨਮ, ਮੇਰਾ ਨਾਨਕੇ ਘਰ ਜਨਮ ਹੋਇਆ ਸੀ, ਪੰਜਾਬ ਨਿਜ਼ਾਮਪੁਰ ਜੀ, ਜ਼ਿਲ੍ਹਾ ਲੁਧਿਆਣਾ ਜੀ। ਯਾਨੀ ਪੇਕੇ ਘਰ ਜਨਮ ਹੁੰਦਾ ਨਾ, ਮੱਤ ਲੈ ਕੇ ਜਾਂਦੇ ਹਾਂ। ਤੇ ਤੁਹਾਨੂੰ ਕਿੰਨੇ ਸਾਲ ਇੱਥੇ ਰਹਿੰਦੇ ਹੋ ਗਏ ਹਰਦੁਆਰ ਦੇ ਵਿੱਚ? ਸਾਡੇ ਬਜ਼ੁਰਗ 1918 ਦੇ ਆਏ ਹੋਏ ਨੇ ਉਰੇ। ਅੱਛਾ ਜੀ, ਹਾਂਜੀ, ਪ੍ਰਭੂ ਰਾਮ 100 ਸਾਲ ਤੋਂ, ਪ੍ਰਭੂ ਦਿਆਲ, ਪ੍ਰਭੂ ਰਾਮ, ਫਿਰ ਈਸ਼ਵਰ ਸਿੰਘ ਹੋਏ ਨੇ। ਅੱਛਾ ਜੀ, ਫਿਰ ਉਹਨਾਂ ਦੇ ਬੇਟੇ ਹੋਏ ਨੇ ਜੀ, ਆਪਦੇ ਪਿਆਰਾ ਸਿੰਘ, ਈਸ਼ਵਰ ਸਿੰਘ ਜੀ, ਤੇ ਆ ਤੁਹਾਡਾ ਸੁਰਜੀਤ ਸਿੰਘ, ਅੱਛਾ ਜੀ, ਭਗਤ ਸਿੰਘ, ਹਾਂਜੀ, ਫਿਰ ਈਸ਼ਵਰ ਸਿੰਘ ਦੇ ਬੇਟੇ ਹੋਏ ਨੇ ਸੁਖਦੇਵ ਸਿੰਘ, ਹਾਂਜੀ, ਤੇ ਉੱਤਮ ਸਿੰਘ। ਅੱਛਾ ਜੀ, ਤੇ ਸੁਖਦੇਵ ਦਾ ਬੇਟਾ ਮੈਂ ਹਾਂ ਜੀ। ਠੀਕ ਹੈ ਜੀ। ਫਿਰ ਸੁਖਦੇਵ, ਫਿਰ ਮੇਰੇ ਬਾਅਦ ਮੇਰਾ ਲੜਕਾ ਹੈਗਾ ਹਰਸਿਮਰਨ ਸਿੰਘ। ਅੱਛਾ ਜੀ, ਫਿਰ ਮੇਰਾ ਪੋਤਾ ਹੈਗਾ ਜੀ ਪਰਮੀਤ ਸਿੰਘ। ਠੀਕ ਹੈ ਜੀ, ਮਤਲਬ ਕਾਫੀ ਪੀੜ੍ਹੀਆਂ ਤੁਹਾਡੀਆਂ। ਤੇ ਅੱਛਾ, ਆਪਾਂ ਗੱਲ ਕਰਾਂਗੇ ਹੁਣ, ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿੱਥੇ ਉਪਦੇਸ਼ ਦਿੱਤਾ ਸੀ ਹਰਕੀ ਪੌੜੀ ਤੇ, ਜਿਹੜਾ ਗੁਰਦੁਆਰਾ ਗਿਆਨ ਗੁਦਰੀ ਪਹਿਲਾਂ ਗੁਰਦੁਆਰਾ ਹੈਗਾ ਸੀ, ਉਹਦੇ ਬਾਰੇ ਦੱਸੋ ਵੀ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ? ਹਾਂਜੀ, ਮੈਂ ਆਪਣੀ ਅੱਖਾਂ ਨਾਲ ਦੇਖਿਆ ਜੀ। ਮੇਰੇ ਮਾਮਾ ਜੀ ਬਾਖ ਲੈ ਕੇ ਆਉਂਦੇ ਰਹੇ ਨੇ ਉੱਥੇ ਗੁਰਦੁਆਰੇ ਸਾਹਿਬ ਦੇ ਵਿੱਚ। ਅੱਛਾ ਜੀ, ਗੁਰੂ ਗ੍ਰੰਥ ਸਾਹਿਬ ਦਾ ਮੈਂ ਵੀ ਨਾਲ ਜਾਂਦਾ ਰਿਹਾ। ਅੱਛਾ ਜੀ, ਤੇ ਮੇਰੇ ਸਹੁਰੇ ਸਾਹਿਬ ਵੀ, ਮੱਘਰ ਸਿੰਘ ਵੀ ਲੈ ਕੇ ਰਹਿੰਦੇ, ਬਾਖ ਲੈਂਦੇ ਰਹੇ ਨੇ। ਅੱਛਾ ਜੀ, ਤੇ ਲਾਭ ਸਿੰਘ ਮੇਰੇ ਮਾਮਾ ਜੀ ਉਹ ਵੀ ਬਾਖ ਲੈ ਕੇ ਆਉਂਦੇ ਰਹੇ ਨੇ, ਉੱਥੇ ਜਾਂਦੇ ਰਹੇ ਨੇ, ਅਸੀਂ ਵੀ ਜਾਂਦੇ ਰਹੇ ਹਾਂ ਗੁਰਦੁਆਰੇ ਸਾਹਿਬ, ਉੱਥੇ ਜਾਂਦੇ ਰਹੇ ਹਾਂ। ਅੱਛਾ ਜੀ, ਹਾਂਜੀ, ਉੱਥੋਂ ਬਾਖ ਹਮੇਸ਼ਾ ਲੈ ਕੇ ਜਾਂਦੇ ਸੀ ਗੁਰੂ ਮਹਾਰਾਜ ਦਾ। ਤੇ ਕੀ ਕਾਰਨ ਕੀ ਬਣਿਆ ਕਿ ਜਦੋਂ ਸਿੱਖਾਂ ਦਾ ਉੱਥੇ ਇੱਕ ਕਮਰਾ ਬਣਿਆ ਸੀ ਪ੍ਰਕਾਸ਼ ਵੀ ਗੁਰੂ ਗ੍ਰੰਥ ਸਾਹਿਬ ਦਾ, ਤੇ ਕਿਉਂ ਸਰਕਾਰ ਨੇ ਹਟਾਇਆ, ਉਹ ਕੀ ਬਣਾਉਣਾ ਚਾਹੁੰਦੇ ਸੀ ਜਾਂ ਕਿਸ ਵਜ੍ਹਾ ਕਰਕੇ ਹਟਿਆ? ਸਰਕਾਰ ਜੀ, ਇਹ ਥੋੜ੍ਹਾ ਜਿਹਾ ਕੁਛ 84 ਦੰਗਿਆਂ ਵਿੱਚ ਹੋਇਆ ਜੀ। ਅੱਛਾ ਜੀ, ਤੇ ਕੁਛ ਇਹ ਜਦ ਇਹਨਾਂ ਨੇ ਨਵੀਂ ਬਣਾਇਆ ਪੁਲ ਪਲ ਜੇ ਬਣੇ ਨੇ, ਉਹ ਗੁਰਦੁਆਰਾ ਸਾਹਿਬ ਉੱਥੇ ਆ ਗਿਆ ਸੀ, ਇੱਕ ਮਾਤਾ ਉਹਦੀ ਪਰਵਰਿਸ਼ ਕਰਿਆ ਕਰਦੀ ਸੀ, ਗੁਰਦੁਆਰੀ ਸਾਂਭ ਸੰਭਾਲ ਕਰਦੀ ਸੀ। ਹਾਂ, ਸਾਂਭ ਸੰਭਾਲ ਕਰਦੀ ਸੀ, ਉਹ ਗੁਜ਼ਰ ਗਏ, ਉਸ ਤੋਂ ਬਾਅਦ ਫਿਰ ਕਿਸੇ ਸੰਭਾਲ ਕੀਤੀ ਨਹੀਂ ਜੀ। ਅੱਛਾ ਜੀ, ਉਸ ਤੋਂ ਬਾਅਦ ਫਿਰ ਸਰਕਾਰ ਨੇ ਕੁਛ ਉੱਥੇ ਆਪਦਾ ਦਫ਼ਤਰ ਉਸਤਰ ਬਣਾ ਲਿਆ। ਪਹਿਲਾਂ ਇਹਨਾਂ ਨੇ ਯੂਪੀ ਦੇ ਵਿੱਚ ਜਾ ਸੀਗਾ, ਇਹਨਾਂ ਨੇ ਕਿਹਾ ਵੀ ਸੀਗਾ ਆਪਦਾ ਸਕਾਊਟ ਦਾ ਦਫ਼ਤਰ ਲੈ ਲਓ ਜੀ, ਤੁਹਾਨੂੰ ਦੇ ਦਿੰਦੇ ਹਾਂ, ਇੱਥੇ ਮਾਰਾ ਪ੍ਰਕਾਸ਼ ਕਰ ਲਓ। ਹਾਂਜੀ, ਉਸ ਤੋਂ ਬਾਅਦ ਫਿਰ ਸਰਕਾਰ ਮੁੱਕਰ ਗਈ ਹੈ। ਅੱਛਾ, ਪਤਾ ਨਹੀਂ ਕੀ ਗੱਲ, ਫਿਰ ਜਾਂ ਉੱਤਰਾਖੰਡ ਬਣ ਗਿਆ, ਫਿਰ ਇਹਨਾਂ ਨੇ ਪੈਰ ਨਹੀਂ ਰੱਖਣ ਦਿੱਤੇ ਸਾਨੂੰ। ਕਈ ਵਾਰ ਤਾਂ ਅਸੀਂ ਦਾਦੂ ਵਾਲ ਬਲਵੀਰ ਸਿੰਘ ਨਾਲ ਵੀ ਗਏ ਹਾਂ ਉੱਥੇ ਕਾਨਫਰੰਸ ਦੇਹਰਾਦੂਨ ਕੀਤੀ ਜਾ ਕੇ। ਅੱਛਾ ਜੀ, ਉਹਨਾਂ ਨੇ ਲਾਰਾ ਲੁਰਾ ਲਾ ਕੇ ਭੇਜਤਾ ਬਸ, ਉਸ ਤੋਂ ਬਾਅਦ ਫਿਰ ਸਾਨੂੰ ਪਤਾ ਨਹੀਂ ਕੀ ਹੋਇਆ, ਹਜੇ ਚੱਲ ਹੀ ਰਿਹਾ ਰੌਲਾ, ਚੱਲ ਹੀ ਰੌਲਾ ਚੱਲ ਰਿਹਾ, ਬਸ ਇੱਥੇ ਜਗ੍ਹਾ ਕਰਕੇ ਇੱਥੇ ਮੱਥਾ ਮੁੱਥਾ ਟੇਕ ਦਿੰਦੇ ਆ ਕੇ ਜੀ, ਹੁਣ ਜਾਂਦੇ ਰਹੇ ਹਾਂ। ਮਤਲਬ ਉਸ ਜਗ੍ਹਾ 'ਤੇ ਤੁਸੀਂ ਨਾਮ, ਦੂਸਰੀ ਜਗ੍ਹਾ 'ਤੇ ਗੁਰਦੁਆਰਾ ਜਿਹੜਾ ਗਿਆਨ ਗੋਦਰੀ, ਇਹਨੂੰ ਹੁਣ ਜਗ੍ਹਾ
ਸਿੱਖਾਂ ਨੇ ਆਪਣੇ ਤੌਰ ਤੇ ਕਬਜ਼ਾ ਕਰਕੇ ਹੁਣ ਕਬਜ਼ਾ ਕਰਕੇ ਮਹਾਰਾਜਾ ਪ੍ਰਕਾਸ਼ ਕਰਤਾ। ਜਿਹੜਾ ਉੱਥੇ ਦੀ ਬੀੜ ਸੀ ਉਹ ਕਿਸੇ ਪਿੰਡ ਦੇ ਵਿੱਚ ਰੱਖਤੀ, ਜਾ ਕੇ ਇਹਨਾਂ ਜਿਵੇਂ ਪੰਡਤਾਂ ਦੀ ਬਣੀ ਛੱਤਰੀ ਬਣੀ ਹੁੰਦੀ ਹੈ ਇਸ ਤਰ੍ਹਾਂ ਸੀਗਾ ਜੀ, ਕਰਿਆ ਉਹਨਾਂ ਰੱਖਦਾ। ਫਿਰ ਉਹ ਬੇਅਦਬੀ ਹੋ ਰਹੀ ਸੀ ਮਹਾਰਾਜ ਦੀ, ਤਾਂ ਉਹ ਕੁਛ ਪਿੰਡਾਂ ਦੇ ਸਿੱਖ ਗੁਰੂ ਸਿੱਖ ਬੰਦੇ ਉਹਨਾਂ ਪਿੰਡਾਂ ਦੇ ਵਿੱਚ ਮਹਾਰਾਜ ਸਰੂਪ ਲੈ ਕੇ ਉੱਥੇ ਰੱਖਤਾ ਜਾ ਕੇ ਉਹਨਾਂ ਨੇ। ਠੀਕ ਹੈ ਜੀ, ਉਹ ਪਿੰਡ ਦਾ ਮੇਰੇ ਨੋ ਯਾਦ ਨਹੀਂ ਜੀ, ਨੋ ਹੈਗਾ ਦੱਸਿਆ ਮੇਰੇ ਯਾਦ ਲੱਗ ਗਈ ਆ ਕੋਈ ਪਿੰਡ? ਹਾਂ ਲੱਗ ਗਈ ਹੈ ਜੀ। ਹਾਂ ਉਹ ਪਾਲਕੀ ਸਾਹਿਬ ਉੱਥੇ ਲੈ ਗਏ ਸੀਗੇ, ਫਿਰ ਨਾ ਉਹ ਲੇਡੀਜ਼ ਵਗੈਰਾ ਉਹਨਾਂ ਦੇ ਪਿਛਲੇ ਪਾਸੇ ਕੱਪੜੇ ਕੁੱਪੜੇ ਚੇਂਜ ਕਰਦੇ ਸੀਗੇ, ਉਹਨਾਂ ਸਿੱਖਿਆ ਮਹਾਰਾਜ ਦੀ ਬੇਅਦਬੀ ਹੋ ਰਹੀ ਹੈ ਇਸ ਕਰਕੇ ਉਹਨੂੰ ਸਰੂਪ ਨੂੰ ਲਿਜਾ ਕੇ ਤੇ ਉਹਨਾਂ ਨੇ ਉੱਥੇ ਰੱਖ। ਤੁਹਾਡਾ ਜਨਮ ਅੰਕਲ ਕਦੋਂ ਦਾ? ਮੇਰਾ 55 ਦਾ ਜੀ। 1955 ਦਾ ਤੇ 1955 ਤੋਂ ਤਕਰੀਬਨ 54-55 ਦਾ ਜੀ। ਬਚਪਨ ਤੋਂ ਇੱਥੋਂ ਰਹਿ ਰਹੇ? ਬਚਪਨ ਤੋਂ ਇੱਥੇ ਰਹਿ ਰਹੇ। ਤੇ ਇੱਥੇ ਕਿਹੜੇ ਕਿਹੜੇ ਗੁਰਦੁਆਰੇ ਹਰਿਦੁਆਰ ਦੇ ਵਿੱਚ ਹੈਗੇ ਹੋਰ ਗੁਰਦੁਆਰੇ? ਇੱਕ ਤਾਂ ਆਪਣਾ ਗੁਰਦੁਆਰਾ ਸਾਹਿਬ ਜੀ, ਇਹ ਤੀਸਰੀ ਪਾਤਸ਼ਾਹ ਦਾ ਗੁਰੂ ਅਮਰਦਾਸ ਜੀ ਦਾ ਗੁਰਦੁਆਰਾ ਕੰਖਲ, ਕੰਖਲ ਜਿਹਦੇ ਜਿੱਥੇ ਗੁਰੂ ਅਮਰਦਾਸ ਜੀ ਜਿਹੜੇ ਆਉਂਦੇ ਰਹੇ ਆਪਣੇ ਗੁਰੂ ਬਣਨ ਤੋਂ ਪਹਿਲਾਂ 21 ਸਾਲ ਇੱਥੇ ਉਹ ਗੁਰਦੁਆਰਾ ਸਾਹਿਬ ਜੀ। ਠੀਕ ਹੈ ਜੀ, ਹੋਰ ਇਸ ਤੋਂ ਇਲਾਵਾ ਇੱਕ ਆਪਣਾ ਸਿੰਘ ਸਭਾ ਗੁਰਦੁਆਰਾ ਜੀ, ਹਾਂਜੀ, ਇੱਕ ਆ ਗੋਲ ਗੁਰਦੁਆਰਾ, ਇੱਕ BHL ਦੇ ਵਿੱਚ ਸਰਕਾਰ ਨੇ ਬਣਾਇਆ ਜਾਂ BHL ਦੇ ਬੰਦੇ ਬਣਾਈ, ਉਹ BHL ਗੁਰਦੁਆਰਾ ਹੈਗਾ ਜੀ। ਅੱਛਾ ਜੀ, ਇਹ ਛੋਟੇ ਗੁਰਦੁਆਰੇ ਬਹੁਤ ਨੇ ਜੀ, ਆਪਣੇ ਹੇਮਕੁੰਟ ਟਰੱਸਟ ਗੁਰਦੁਆਰਾ ਆਪਣੇ ਮੁਹੱਲੇ 'ਚ ਵੀ ਹੈਗਾ ਨਿਰਲਾ ਛਾਉਣੀ ਦੇ ਵਿੱਚ ਵੀ। ਠੀਕ ਹੈ ਜੀ, ਠੀਕ ਹੈ, ਨਿਰਲਾ ਛਾਉਣੀ। ਤੇ ਕਿੰਨੇ ਕੁ ਸਿੱਖ ਪਾਪੂਲੇਸ਼ਨ ਕਿੰਨੀ ਕੁ ਇੱਥੇ ਸਿੱਖਾਂ ਦੀ ਆਬਾਦੀ ਹਰਿਦੁਆਰ ਦੇ ਵਿੱਚ ਕਿੰਨੀ ਕੁ ਹੈ ਅੰਦਾਜ਼ਾ, ਮਤਲਬ ਕਿੰਨੀ ਕੁ ਹੋਏਗੀ ਸਿੱਖਾਂ ਦੀ ਗਿਣਤੀ? 50-60 ਹੋਣਗੇ ਸਿੱਖ ਜੀ, ਹੁਣ ਆਪਣੇ ਵੀ ਘਰ ਦੇ ਵਿੱਚ ਹੁਣ ਸਿੱਖ ਮੈਂ ਜੀ, ਬਾਕੀ ਸਾਰੇ ਮੋਨੇ ਹੋਏ ਫਿਰਦੇ ਨੇ ਯਾਰੀ। ਸਿੱਖ ਪਰਿਵਾਰ ਜਿਹੜੇ 50 ਪਰਿਵਾਰ ਹੈਗੇ ਜੀ, 50 ਇਹਦਾ ਤਾਂ ਜ਼ਿਆਦਾ ਨਿਕਲ ਜਾਣਗੇ ਪਰਿਵਾਰ, ਜ਼ਿਆਦਾ ਮਤਲਬ ਪਰਿਵਾਰ ਹੋਏਗੇ ਹੈਗੇ। ਹਾਂ ਜੀ, ਜਿਹੜੇ ਗੁਰਸਿੱਖ ਬੰਦੇ ਨੇ ਉਹ ਥੋੜ੍ਹੀ ਨੇ ਜੀ। ਹਾਂਜੀ, ਤੇ ਜ਼ਿਆਦਾ ਗੁਰਪੁਰਬਾਂ ਤੇ ਸਿੱਖ ਸੰਗਤ ਜਿਹੜੀ, ਸਿੰਘ ਸਭਾ ਮੇਨ ਗੁਰਦੁਆਰਾ ਇਸ ਟਾਈਮ? ਹਾਂ, ਮੇਨ ਸਿੰਘ ਸਭਾ ਜੀ, ਸਟੇਸ਼ਨ ਤੋਂ ਤਕਰੀਬਨ 1 ਕਿਲੋਮੀਟਰ ਦੂਰ, 1 ਕਿਲੋਮੀਟਰ ਦੂਰੀ ਤੇ ਹੈ ਜੀ ਗੁਰਦੁਆਰਾ ਸਾਹਿਬ। ਠੀਕ ਅੰਕਲ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।